ਅਸਲਾਮੁ ਅਲੈਕੁਮ ਭਾਈਜਾਨ, ਕਿਆ ਹਾਲ ਹੈ? ਇਹ ਵੇਖੋ ਨਾ, ਦੂਸਰਾ ਇਹ ਡਰੀਪਰ ਜਿਹਾ ਬੰਦ ਨੇ ਜਨਾਬ, ਅਤੇ ਅਸੀਂ ਉੱਤੋਂ ਛਾਪਰ ਉਤਾਰ ਕੇ ਨਾ ਅਤੇ ਭੱਠੀ ਚਲਾਈ ਹੋਈ ਹੈ। ਉਸ ਤੋਂ ਨਾ 5 ਮਿੰਟ ਬਾਅਦ ਦੀ ਵੀਡੀਓ ਹੈ ਜੀ, ਜਿਹੜੀ ਅੱਗੇ ਵੀਡੀਓ ਤੁਹਾਨੂੰ ਬਣਾ ਕੇ ਸੈਂਡ ਕੀਤੀ ਹੈ ਨਾ, ਉਸ ਤੋਂ 5 ਮਿੰਟ ਬਾਅਦ ਦੀ ਵੀਡੀਓ ਬਿਜਲੀ ਆਈ ਹੈ। ਦੇਖੋ ਥੱਲੇ ਕਿਵੇਂ ਰਾੜ ਦੇ ਇਕੱਠਾ ਹੋ ਗਿਆ ਚੂਜ਼ਾ ਸਾਰਾ, ਚਾਹੇ ਛਾਪਰ ਉੱਤੇ ਪਾਇਆ ਹੋਵੇ ਜਾਂ ਨਾ ਪਾਇਆ ਹੋਵੇ, ਫਿਰ ਮਿੰਟ ਬਾਅਦ ਉਹ ਥੱਲੇ ਇਕੱਠਾ ਹੋ ਜਾਂਦਾ ਹੈ। ਇਹਦੇ 'ਚੋਂ ਅਸੀਂ ਕੀ ਕਰ ਸਕਦੇ ਹਾਂ? ਅੱਗੇ ਭੱਠੀ ਦੀ ਵੀਡੀਓ ਤੁਹਾਨੂੰ ਭੇਜੀਏ, ਕਿਸ ਤਰੀਕੇ ਚੂਜ਼ਾ ਖਿੰਝ ਰਿਹਾ ਹੋਇਆ ਸੀ। ਇਹ ਜਾਂ ਹੀ ਬਿਜਲੀ ਆਉਂਦੀ ਹੈ, ਰਾੜ ਦਾ ਸੇਕ ਪੈਂਦਾ, ਸਾਰਾ ਹੀ ਉੱਤੇ ਇੱਕ ਦੂਸਰੇ ਦੇ ਝੜ ਕੇ ਨਾ ਇਹ ਜੁੜ ਜਾਂਦਾ ਜੀ। ਇਹ ਹੁਣ ਰਾੜ ਦਾ, ਹੁਣ ਛਾਪਰ ਲਾਇਆ ਹੋਈ ਹੈ, ਰਾੜ ਦਾ ਟੈਂਪਰੇਚਰ ਪੂਰਾ ਹੋ ਗਿਆ ਜੀ। ਇਹ ਚੈੱਕ ਕਰ ਲਓ, ਇਹ 30 'ਤੇ ਬੰਦ ਹੋ ਗਿਆ ਜੀ, 28-30 'ਤੇ ਬੰਦ ਹੋ ਜਾਂਦਾ। ਅਤੇ ਭੱਠੀ ਦਾ ਜਾਂ ਹੀ ਸੇਕ ਇੱਧਰੋਂ ਪੈਂਦਾ, ਚੂਜ਼ਾ ਉਹਨਾਂ ਟੁਰਨਾ ਸ਼ੁਰੂ ਹੋ ਜਾਂਦਾ। ਜਾਂ ਹੀ ਸੇਕ ਭੱਠੀ ਦਾ ਪੈਂਦਾ ਨਾ, ਚੂਜ਼ਾ ਖਿੰਝਣਾ ਸ਼ੁਰੂ ਹੋ ਜਾਂਦਾ ਜੀ। ਦੱਸਣਾ ਸਾਡਾ ਫਰਜ਼ ਹੈ ਜੀ, ਅੱਗੇ ਤੁਹਾਡੀ ਮਰਜ਼ੀ ਹੈ। ਇਹ ਤਾਂ ਸਾਰਾ ਹੀ ਗਰਮੀ ਹੋ, ਜਾਂ ਹੀ ਰਾੜ ਬਲਦਾ, ਸਾਰਾ ਹੀ ਉੱਤੇ ਡੇਰੀ ਹੋ ਜਾਂਦਾ, ਇੱਕ ਦੂਸਰੇ ਦੇ ਉੱਤੇ ਚੜ ਜਾਂਦਾ, ਰਾੜ ਦਾ ਸੇਕ ਪੈਂਦਾ। ਇਹ ਤਾਂ ਇਕੱਠੇ ਨਾ, ਆਪਾਂ ਦੀ ਤਾਂ ਇਹ ਮਰਜ਼ੀ ਸੀਗੀ ਨਾ ਬਾਈ, ਇਕੱਠਾ ਨਾ ਹੋਵੇ, ਰਾੜ ਦਾ ਸੇਕ ਪਵੇ, ਆਚਾਰ ਬਲਬਾਂ ਦਾ ਸੇਕ ਪਵੇ ਅਤੇ ਜਨਾਬ ਖਿੰਡ ਜਾਵੇ, ਲੇਕਿਨ ਨਹੀਂ, ਰਾੜ ਦਾ ਜਾਂ ਹੀ ਸੇਕ ਪੈਂਦਾ, ਚੂਜ਼ਾ ਇੱਕ ਦੂਸਰੇ ਦੇ ਉੱਤੇ ਛਾੜ ਕੇ ਨਾ ਇਕੱਠਾ ਹੋ ਜਾਂਦਾ। ਅੱਲਾ ਹਾਫਿਜ਼। ਅਸਲਾਮੁ ਅਲੈਕੁਮ ਭਾਈ ਜਾਨ। ਜਨਾਬ ਇਹ ਵੇਖੋ ਨਾ, ਇਹ ਜਿਹੜੇ ਬਿਜਲੀ ਵਾਲੇ ਆਪਣੇ ਡਰਿੰਪਰ ਜਿਹਾ ਲੱਗੇ ਹੋਏ, ਉਸ ਤੋਂ ਬਗੈਰ ਚੂਜ਼ਾ ਕਿਸ ਤਰੀਕੇ ਖਿਲ ਰਿਹਾ ਫਿਰਦਾ? ਅਗਰ ਉਹ ਚੱਲਦੇ ਹੀ ਹੋਵੇ ਨਾ, ਅਸੀਂ ਆ ਇੱਕ ਦੂਸਰੇ ਤੋਂ ਨਾ ਗੋਲ ਦਾਇਰੇ ਤੋਂ ਛਾਪਰ ਹਟਾਇਆ, ਚੂਜ਼ਾ ਫਿਰ ਰਿਹਾ ਔਰਾਂ ਪਰ ਚੋਂਚ ਮਾਰ ਰਿਹਾ। ਅਗਰ ਉਹ ਡਰਿੰਪਰ ਚੱਲਦੇ ਹੋਵੇ ਤਾਂ ਵੀ ਇਕੱਠਾ ਹੋ ਜਾਂਦਾ ਹੈ, ਉੱਤੇ ਛਾਪਰ ਪਾਇਆ ਹੋਵੇ ਤਾਂ। ਇਹ ਤੱਕੋ ਨਾ, ਇਹ ਬੰਦ ਹੈਗਾ ਡਰਿੰਪਰ ਜਿਹਾ। ਅਸੀਂ ਆ ਬਿਜਲੀ ਗਈ ਹੈ, ਉੱਤੋਂ ਛਾਪਰ ਉਤਾਰਿਆ, ਚੂਜ਼ਾ ਖਿਲੇਰ ਕੇ ਖਾ ਵੀ ਰਿਹਾ, ਤੋਰ ਫਿਰ ਰਿਹਾ। ਅਗਰ ਉਹ ਡਰਿੰਪਰ ਚੱਲ ਵੀ ਰਹੇ ਹੋਵੇ, ਬਿਜਲੀ ਵਾਲੇ ਜਿਹੜੇ ਸੇਕ ਵਾਸਤੇ ਅਸੀਂ ਲਾਏ ਨੇ, ਫਿਰ ਵੀ ਚੂਜ਼ੇ ਨੂੰ ਕੋਈ ਫਰਕ ਨਹੀਂ ਪਾਉਂਦਾ, ਚੂਜ਼ੇ ਨੂੰ ਭੱਠੀ ਨਾਲ ਫਰਕ ਪਾਉਣਾ। ਅੱਗੇ ਤੁਹਾਡੀ ਮਰਜ਼ੀ, ਦੱਸਣਾ ਸਾਡਾ ਫਰਜ਼ ਹੈ। ਹੁਣ ਜਾਂ ਹੀ ਭਾਵੇਂ ਬਿਜਲੀ ਹੋਵੇ ਭਾਵੇਂ ਨਾ ਹੋਵੇ, ਇਹਦਾ ਭੱਠੀ ਦਾ ਕੰਮ ਠੀਕ ਹੈ, ਇਹ ਖਿਲ ਰਿਹਾ ਫਿਰਦਾ। ਹੁਣ ਬਿਜਲੀ ਇਸ ਟਾਈਮ ਕੋਈ ਨਹੀਂ ਹੈ, ਇਹ ਤੱਕ ਲਓ ਭੱਠੀ ਦੇ ਨਾਲ ਚੂਜ਼ਾ ਹੈ, ਅਤੇ ਇਹ ਕਿਸ ਤਰੀਕੇ ਮਸਤ ਹੋਇਆ ਫਿਰਦਾ ਚੂਜ਼ਾ। ਅਗਰ ਬਿਜਲੀ ਹੋਵੇ ਫਿਰ ਇਕੱਠਾ ਹੋ ਜਾਂਦਾ ਹੈ, ਕੋਈ ਰਾੜ ਦੇ ਥੱਲੇ ਇਕੱਠਾ ਹੋ ਗਿਆ, ਕੋਈ ਜਿਹੜੇ ਉਹ ਵਿੱਚ ਕਾਲੇ ਕਾਲੇ ਬਲਬ ਲੱਗੇ ਨੇ ਚਾਰ, ਉਹਨਾਂ ਦੇ ਥੱਲੇ ਇਕੱਠਾ ਹੋ ਗਿਆ, ਡੇਰੀਆਂ ਬਣ ਜਾਂਦੀਆਂ ਨੇ, ਇਸ ਤਰੀਕੇ ਨੁਕਸਾਨ ਹੁੰਦਾ। ਦੱਸਣਾ ਸਾਡਾ ਫਰਜ਼ ਹੈ, ਅਗਾਂਹ ਤੁਹਾਡੀ ਮਰਜ਼ੀ ਹੈ। ਇਸ ਤਰੀਕੇ ਚੂਜ਼ਾ ਪੋਰਾਂ ਪਰਾਂ ਫਿਰ ਰਿਹਾ ਭੱਠੀ ਦੇ ਸੇਕ 'ਤੇ, ਇਹ ਤਾਂ ਕੰਮ ਹੀ ਉਹ ਜੇ ਲੀਜਿਆ ਤੁਹਾਨੂੰ ਦੱਸ ਕੇ ਚਲਾ ਗਿਆ, ਐਵੇਂ ਖਰਚਾ ਇੰਨਾ ਕਰਾ ਦਿੱਤਾ ਸੀ, ਕੋਈ ਫਾਇਦਾ ਨਹੀਂ ਇਸ ਕੰਮ ਦਾ ਜੀ। ਇਸ ਤਰੀਕੇ ਭੱਠੀ ਨਾਲ ਚੂਜ਼ਾ, ਅਗਰ ਉਹ 20,000 ਪਾਲ ਗਿਆ ਤਾਂ ਇਹ ਵੀ ਪਾਲ ਜਾਣਾ ਸੀ, ਇਹ ਕਿਹੜਾ ਇੰਨਾ ਚੂਜ਼ਾ ਸੀ, 2 ਭੱਠੀਆਂ ਲਾਈਆਂ ਹੁੰਦੀਆਂ। ਟੈਂਪਰੇਚਰ ਵਿੱਚ ਤਾਂ 29 ਅਤੇ 28 'ਤੇ ਉਹ ਡਰਿੰਪਰ ਜਿਹਾ ਬੰਦ ਹੋ ਜਾਂਦੇ ਨੇ, ਜਿਹੜੇ ਬਿਜਲੀ ਵਾਲੇ ਲੱਗੇ ਹੋਏ ਨੇ, ਜਾਂ 28-29 ਹੋਵੇ ਬੰਦ ਹੋ ਜਾਂਦੇ ਨੇ, 31-32 ਤੋਂ ਜਾ ਹੀ ਨਹੀਂ ਰਹੇ ਹੋ, ਕਦੀ ਆਈ 31 'ਤੇ ਜਾ ਕੇ ਬੰਦ ਹੋ ਜਾਵੇ, ਨਹੀਂ ਤਾਂ 28-29 'ਤੇ ਬੰਦ ਹੋ ਜਾਂਦਾ, ਉਹਦਾ ਕੋਈ ਫਾਇਦਾ ਹੀ ਨਹੀਂ ਹੈ। ਅੱਗੇ ਤੁਹਾਡੀ ਮਰਜ਼ੀ ਹੈ, ਜਾਂ ਚੂਜ਼ਾ ਬਿਜਲੀ ਹੋਵੇ 2 ਮਿੰਟ ਬੰਦਾ ਇੱਧਰ ਹੋਵੇ ਡੇਰੀਆਂ ਲੱਗ ਜਾਂਦੀਆਂ ਨੇ, ਬਿਹਤਰ ਤਾਂ ਇਹਨੂੰ ਪੱਟ ਲਈਏ ਭੱਠੀਆਂ 'ਚ।